ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟੀ ਵੀ ਪੰਜਾਬ। ਅੱਜ ਮੋਗਾ ਦੇ ਵਿੱਚ ਕਿਸਾਨਾਂ ਨੇ ਨੈਸ਼ਨਲ ਹਾਈਵੇ ਜਾਮ ਕਰਤਾ। ਇਸ ਦੇ ਪਿੱਛੇ ਕਾਰਨ ਜਿਹੜਾ ਉਹ ਇੱਕ ਸਥਾਨਕ ਬਾਬੇ ਵੱਲੋਂ ਨਜਾਇਜ਼ ਕਬਜ਼ੇ ਨੂੰ ਲੈ ਕੇ ਦੱਸਿਆ ਜਾ ਰਿਹਾ। ਇਹਨਾਂ ਕਿਸਾਨਾਂ ਦਾ ਕਹਿਣਾ ਸੀ ਕਿ ਇਸ ਬਾਬੇ ਨੇ ਸਰਕਾਰੀ ਸ਼ਹਿਰ ਦੇ ਉੱਤੇ ਜਾਂ ਕਹਿ ਲਈਏ ਕਿ ਸਰਕਾਰੀ ਅਧਿਕਾਰੀਆਂ ਦੇ ਵੱਲੋਂ ਜਿਹੜਾ ਉਹ ਉਲਟਾ ਬਾਬੇ ਦਾ ਪੱਖ ਪੂਰਿਆ ਜਾ ਰਿਹਾ, ਜਦੋਂ ਕਿ ਕਿਸਾਨ ਲਗਾਤਾਰ ਇਹ ਸ਼ਿਕਾਇਤ ਕਰ ਰਹੇ ਨੇ ਕਿ ਉਸ ਦੇ ਵੱਲੋਂ ਨਜਾਇਜ਼ ਕਬਜ਼ਾ ਕੀਤਾ ਗਿਆ ਅਤੇ ਜਿਸ ਦੇ ਨਾਲ ਜਿਹੜਾ ਰਜਵਾ ਹੈ ਉਸਨੂੰ ਜਿਹੜਾ ਪਰੇ ਤੱਕ ਕੀਤਾ ਗਿਆ, ਜਿਸ ਦਾ ਨੁਕਸਾਨ ਕਿਸਾਨਾਂ ਨੂੰ ਉਠਾਉਣਾ ਪੈ ਰਿਹਾ। ਅਤੇ ਇਸ ਦੇ ਵਿਰੋਧ ਦੇ ਵਿੱਚ ਇੱਕ ਜ਼ਬਰਦਸਤ ਪ੍ਰਦਰਸ਼ਨ ਜਿਹੜਾ ਉਹ ਹੋਇਆ। ਹਾਲਾਂਕਿ ਇਹ ਜਿਹੜਾ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਹੈ, ਬੀਤੇ 2 ਮਹੀਨਿਆਂ ਤੋਂ ਲਗਾਤਾਰ ਸੰਘਰਸ਼ ਚੱਲ ਰਿਹਾ ਹੈ, ਪਰ ਇਸ ਦੇ ਬਾਵਜੂਦ ਸਰਕਾਰੀ ਪੱਖ ਜਿਹੜਾ ਉਹ ਜ਼ਿਆਦਾਤਰ ਧਿਆਨ ਨਹੀਂ ਦੇ ਰਿਹਾ, ਜਿਸ ਨੂੰ ਲੈ ਕੇ ਅੱਜ ਇਸ ਪੂਰੇ ਮਾਮਲੇ ਦੇ ਖਿਲਾਫ਼ ਜਿਹੜਾ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ। ਉਹ ਤਸਵੀਰਾਂ ਵਿਖਾਉਂਦੇ ਹਾਂ ਅਤੇ ਸੁਣਦੇ ਹਾਂ ਅਸਲ ਸਮੱਸਿਆ ਕੀ ਹੈ। ਕੀ ਨਾਂ ਹੈ ਜੀ ਆਪਣਾ, ਕੀ ਅਹੁਦਾ ਹੈ ਤੇ ਅੱਜ ਜਿਹੜਾ ਧਰਨਾ ਲੱਗਾ ਕਿਉਂ ਲਾਇਆ, ਇਹਦੇ ਬਾਰੇ ਦੱਸੋ। ਮੇਰਾ ਨਾਂ ਜੀ ਇਕਬਾਲ ਸਿੰਘ ਆ, ਪਿੰਡ ਸਿੰਘਾਂ ਵਾਲਾ, ਮੈਂ ਮੋਗਾ ਬਲਾਕ 2 ਦਾ ਪ੍ਰਧਾਨ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ। ਅੱਛਾ, ਜਿਹੜਾ ਅੱਜ ਧਰਨਾ ਲੱਗਾ ਕੀ ਕਾਰਨ ਆ, ਕਾਹਤੋਂ ਧਰਨਾ ਲਾਇਆ? ਧਰਨਾ ਦੇਖੋ ਜੀ, ਤਕਰੀਬਨ ਆਪਣੇ ਪੂਰੇ ਜ਼ਿਲ੍ਹੇ ਨੂੰ ਹੀ ਪਤਾ ਹੈ ਕਿ ਜਿਹੜੀ ਇਹ ਬੱਧਣੀ ਵੱਜਦੀ ਆ, ਸੂਆ ਲੰਘਦਾ ਹੈ, ਇੱਥੇ ਇੱਕ ਨਾਲ ਇੱਕ ਮਹੰਤ ਦਾ ਡੇਰਾ ਹੈ। ਉਹਨੇ ਆਪਦੀ ਜ਼ਮੀਨ ਜਿਹੜੀ ਸੂਏ ਦੇ ਨਾਲ ਨਾਲ ਖਰੀਦੀ ਹੋਈ ਆ, ਤੇ ਜਿਹੜਾ ਸੂਆ ਏ ਉਹ ਪੂਰੇ ਸੂਏ ਨੂੰ ਧੱਕ ਕੇ ਜਿਹੜਾ ਨਾਲ ਆਮ ਕਿਸਾਨ, ਜਿਹੜੇ ਗਰੀਬ ਕਿਸਾਨ ਆ, ਉਹਨਾਂ ਵਾਲੇ ਪਾਸੇ ਨੂੰ ਕੀਤਾ ਹੋਇਆ। ਉਸ ਤੋਂ ਬਾਅਦ ਆਪਾਂ ਨੂੰ ਜਿਵੇਂ ਯਕੀਨ ਹੁੰਦਾ ਏ ਨਿਸ਼ਾਨਦੇਹੀ ਕਰਾਉਣ 'ਤੇ ਜਾਂ ਆਪਾਂ ਮਿਹਨਤੀ ਕਰਾਉਂਦੇ ਹਾਂ, ਜਦੋਂ ਮਿਹਨਤੀ ਕਰਾਈ ਗਈ ਤਾਂ ਜਦੋਂ ਸੂਏ ਦੀ ਮਿਹਨਤੀ ਹੋਈ ਤਾਂ ਜਿਹੜਾ ਸੂਏ ਦੇ ਨਿਸ਼ਾਨ ਆ ਸਾਧ ਦੀ ਪੈਲੀ ਦੇ ਵਿੱਚ ਚਲੇ ਗਏ। ਹੁਣ ਇਹ ਜਿਹੜਾ ਸਾਧ ਆਪਦੀ ਆਕੜ ਇੰਨੀ ਵਿਖਾਉਂਦਾ, ਪ੍ਰਸ਼ਾਸਨ 'ਤੇ ਵੀ ਇਹਦਾ ਦਬਾਅ ਬਣਾਇਆ ਹੋਇਆ ਵੀ ਸੂਆ ਕਿਸੇ ਤਰੀਕੇ ਨਾਲ ਮੇਰੀ ਜ਼ਮੀਨ ਵਾਲੇ ਪਾਸੇ ਨਾ ਆਵੇ, ਵੀ ਪਰੇ ਨੂੰ ਧੱਕੀ ਚੱਲਾਂ ਮੈਂ ਸੂਆ। ਤੁਸੀਂ ਨੋਟ ਕੀਤਾ ਹੋਣਾ ਕਿ ਇੱਕ ਆਮ ਜੀ ਕਹਾਵਤ ਆ ਜਿਹਨੂੰ ਆਪਾਂ ਚਾਲੂ ਪਰੜੀ ਕਹਿੰਦੇ ਹਾਂ। ਜਦੋਂ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਕਿਤੇ ਨਹਿਰ ਵਿੱਚ ਦੀ ਲੰਘੋਗੇ, ਕੋਲ ਦੀ, ਜਾਂ ਕਿਸੇ ਸੂਏ ਤੋਂ ਨਹੀਂ ਲੰਘੋਗੇ, ਤਾਂ ਹਮੇਸ਼ਾ ਜਦੋਂ ਆਪਾਂ ਐਂ ਜਾਵਾਂਗੇ ਤਾਂ ਇਸ ਹੱਥੀਂ ਪਰੜੀ ਆਉਣੀ ਆ। ਪਰ ਤੁਸੀਂ ਇੱਥੇ ਤੁਸੀਂ ਵੇਖੋ, ਨੋਟ ਕਰੋ, ਮਗਰ ਨੋਟ ਕਰੋ ਵੀ ਪਰੜੀ ਇਸ ਹੱਥ ਆ। ਇੱਥੇ ਇਸ ਸਾਧ ਨੇ ਜਿਹੜਾ ਕਿ ਆਪਦੀ ਪਰਸਨਲ ਡੇਰੇ ਨੂੰ ਇਹਨੇ ਰਸਤਾ ਬਣਾਉਣਾ ਸੀਗਾ, ਉਹ ਰਸਤਾ ਜੇ ਬਣਾਉਣਾ ਸੀ ਬਣਾਵੇ ਜੀ, ਸਦਕੇ ਬਣਾਵੇ, ਆਪਦੀ ਜ਼ਮੀਨ ਵਿੱਚ ਦੀ ਬਣਾਵੇ। ਪਰ ਇਸ ਨੇ ਕੀ ਕੀਤਾ, ਸੂਏ ਦੀ ਜਿਹੜੀ ਜਗ੍ਹਾ ਹੈ ਉਹਨੂੰ ਆਪਦੀ ਜਿਹੜੀ ਡੇਰੇ ਨੂੰ ਇਹਦੀ ਨੂੰ ਸੜਕ ਜਾਂਦੀ, ਉਹ ਉੱਥੇ ਸੜਕ ਬਣਾ ਲਈ, ਅਤੇ ਜਿਹੜਾ ਸੂਆ ਉਹ ਲੋਕਾਂ ਦੀ ਜ਼ਮੀਨ ਵਾਲੇ ਪਾਸੇ ਨੂੰ ਧੱਕ ਪਿਆ। ਤੁਸੀਂ ਨੌਜਵਾਨ ਆ, ਜਿਹੜਾ ਉਹ ਰਸਤਾ ਹੈ ਉਹ ਕੀ ਬਾਬਾ ਇਕੱਲਾ ਵਰਤਦਾ ਕਿ ਲੋਕ ਵੀ ਲੰਘਦੇ ਉੱਥੋਂ? ਇਹ ਜੀ ਸਿਰਫ ਡੇਰੇ ਨੂੰ ਰਸਤਾ ਜਾਂਦਾ, ਜਾਂ ਕੋਈ ਮਾੜਾ ਮੋਟਾ ਜਿਸ ਤੋਂ ਅੱਗੇ ਕੋਈ ਜਾਂਦਾ ਹੋਊ ਤਾਂ ਉਹਦੇ ਬਾਰੇ ਸਾਨੂੰ ਨੌਲੇਜ ਨਹੀਂ ਹੈਗੀ, ਪਰ ਇਹ ਮੇਨ ਇਸ ਡੇਰੇ ਨੂੰ ਜਾਂਦਾ ਰਸਤਾ। ਪਰ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ, ਜਿਹੜੀ ਪਰੜੀ ਵਾਲੇ ਪਾਸੇ ਰਸਤਾ ਬਣਾਇਆ ਉਹ ਪਰੜੀ ਕਾਗਜ਼ਾਂ ਦੇ ਵਿੱਚ ਕਿਤੇ ਵੀ ਚਾਲੂ ਪਰੜੀ ਨਹੀਂ ਹੁੰਦੀ। ਤੁਸੀਂ ਬੇਸ਼ੱਕ ਨੀਲੋ ਵਾਲੀ ਨਹਿਰ ਦੀ ਗੱਲ ਕਰ ਲਓ, ਜਿੱਥੋਂ ਦੀ ਵੀ ਤੁਸੀਂ ਲੰਘੋਗੇ, ਪੂਰਾ ਇੱਕ ਇਹ ਸਿਸਟਮ ਹੀ ਇਹੋ ਜਿਹਾ ਹੁੰਦਾ। ਜਦੋਂ ਕਦੇ ਜ਼ਮੀਨਾਂ ਦੀ ਆਪਾਂ ਗੱਲ ਕਰਦੇ ਹਾਂ, ਤੁਸੀਂ ਕਦੇ ਜਿਹੜੇ ਆਪਣੇ ਪ੍ਰੋਪਰਟੀ ਡੀਲਰ ਹੁੰਦੇ ਆ, ਕਦੇ ਤੁਸੀਂ ਜ਼ਮੀਨ ਕਹੋਗੇ ਨਾ ਸਾਡੀ ਨਹਿਰ ਨਾ ਲੱਗਦੀ, ਉਹਨਾਂ ਨੇ ਕਹਿਣਾ ਚਾਲੂ ਪਰੜੀ ਵਾਲੇ ਪਾਸੇ, ਚਾਲੂ ਪਰੜੀ ਹਮੇਸ਼ਾ ਇੱਧਰਲੇ ਪਾਸੇ ਹੁੰਦੀ ਆ। ਆਹ ਤੁਸੀਂ ਪਿੱਛੇ ਵੇਖੋ, ਜਿਹੜੀ ਪਰੜੀ ਬਣੀ ਇੱਧਰਲੇ ਪਾਸੇ ਬਣੀ ਆ, ਪਰ ਇੱਥੇ ਹੀ ਇਕੱਲਾ ਉੱਥੋਂ ਤੱਕ ਹੀ ਰੋਂਗ ਸਾਈਡ ਆ। ਤੁਸੀਂ ਉੱਥੇ ਰੋਡ 'ਤੇ ਮੇਨ 'ਤੇ ਖੜ ਕੇ ਵੇਖੋ, ਜਿੱਥੋਂ ਤੱਕ ਸੜਕ ਆਉਂਦੀ ਉੱਥੋਂ ਤੱਕ ਸੂਆ ਬਿਲਕੁਲ ਸਿੱਧਾ, ਜਦੋਂ ਸੜਕ ਤੋਂ ਕ੍ਰੋਸ ਕਰਦੀ ਆ, ਜਿੱਥੋਂ ਇਹਦੇ ਡੇਰੇ ਦੀ ਸੜਕ ਸ਼ੁਰੂ ਹੋ ਜਾਂਦੀ ਆ, ਉੱਥੋਂ ਹੀ ਜਾ ਕੇ 5 ਕਰਮਾ ਸੂਏ ਨੂੰ ਸਾਈਡ 'ਤੇ ਕਰ ਦਿੱਤਾ। ਤੁਹਾਨੂੰ ਕੀ ਲੱਗਦਾ ਵੀ ਜਿਹੜੇ ਅਧਿਕਾਰੀ ਆ ਉਹ ਤੁਹਾਡੀ ਨਹੀਂ ਸੁਣਵਾਈ ਕਰਦੇ, ਬਾਬੇ ਵੀ ਕਰਦੇ? ਅਧਿਕਾਰੀ ਜਿਹੜੇ ਅਧਿਕਾਰੀਆਂ 'ਤੇ ਪ੍ਰੈਸ਼ਰ ਆ ਜੀ, ਸਰਕਾਰ ਨੇ ਬਣਾਇਆ ਹੋਇਆ, ਸਾਧਾਂ ਨੇ ਬਣਾਇਆ ਹੋਇਆ ਹੈ, ਪਰ ਜਿੰਨੀ ਦੇਰ ਤੱਕ ਇਹਨਾਂ ਦੀ ਧੌਣ ਵਾਲਾ ਕਿੱਲਾ ਨਹੀਂ ਨਿਕਲਦਾ ਗਾ, ਜਿੱਥੇ ਅਸੀਂ ਇਹ ਨਹੀਂ ਕਹਿੰਦੇ ਵੀ ਸੂਏ ਵੱਜਦੀ ਪਾਣੀ ਨਹੀਂ ਲੰਘਣ ਦੇਣਾ, ਸੂਆ ਪੱਕਾ ਨਹੀਂ ਬਣਾਉਣ ਦੇਣਾ, ਕਿਉਂਕਿ ਇੱਕ ਹੋਰ ਆਵਾਜ਼ ਜਿਹੜਾ ਸਾਨੂੰ ਬਦਨਾਮ ਕਰਨ ਦੀ ਖਾਤਰ ਇਹ ਪਿੰਡਾਂ ਦੇ ਵਿੱਚ ਲਿਜਾ ਰਹੇ ਆ। ਇੱਕ ਗੱਲ ਹੁਣੇ ਸਾਹਮਣੇ ਆਈ, ਕਹਿੰਦਾ ਜੀ ਗਾਂਹ ਵਾਲੇ 4 ਪਿੰਡਾਂ ਨੇ ਲਿਖ ਕੇ ਦਿੱਤਾ ਵੀ ਸੂਆ ਬਣਾ ਦਿਓ। ਦੇਖੋ ਬਾਈ, ਜਿਹੜੇ ਕਿਸਾਨ ਨੂੰ ਪਾਣੀ ਦੀ ਲੋੜ ਆ ਉਹਨਾਂ ਦਾ ਕਹਿਣਾ ਵੀ ਸੂਆ ਬਣਾਇਆ ਜਾਵੇ, ਪਰ ਜਿਹੜੀ ਸਮੱਸਿਆ ਇੱਥੇ ਗਰੀਬ ਕਿਸਾਨਾਂ ਨੂੰ ਆ, ਆਹ ਸੂਆ ਜਦੋਂ ਆਪਾਂ ਇੱਧਰਲੇ ਪਾਸੇ ਕਰਤਾ ਇਹ ਸੂਆ ਟੁੱਟ ਗਿਆ, ਨੁਕਸਾਨ ਕਿਹਦਾ ਹੁਣ ਇੱਥੋਂ ਵਾਲੇ ਗਰੀਬ ਕਿਸਾਨਾਂ ਦਾ? ਗਾਂ ਵਾਲੇ ਪਿੰਡਾਂ ਨੇ ਆ ਕੇ ਸਾਥ ਨਹੀਂ ਦੇਣਾ ਗਾ,
ਜਾਂ ਮੁਆਵਜ਼ਾ ਸਰਕਾਰਾਂ ਆਪਾਂ ਨੂੰ ਕਿੰਨੀਆਂ ਕੁ ਦਿੰਦੀਆਂ, ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਪਿੰਡਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਗਰਾਊਂਡ ਜ਼ੀਰੋ ਤੇ ਆ ਕੇ ਰਿਪੋਰਟ ਵੇਖੋ, ਤੁਸੀਂ ਇਸ ਮੇਨ ਹਾਈਵੇ ਤੇ ਖੜ ਕੇ ਵੇਖੋ ਵੀ ਸੂਆ ਵਾਕਈ ਸਾਧਨ ਇਧਰਲੇ ਪਾਸੇ ਧੱਕਿਆ ਕਿ ਨਹੀਂ ਧੱਕਿਆ। ਅਸੀਂ ਸਚਾਈ ਤੇ ਲੜਦੇ ਹਾਂ। ਇੱਕ ਭਗਵੰਤ ਮਾਨ ਨੇ ਇੱਕ ਬਿਆਨ ਦਿੱਤਾ ਸੀ ਵੀ ਜਿਹੜੀਆਂ ਜਥੇਬੰਦੀਆਂ ਵਜ੍ਹਾ ਵੇਖ ਕੇ ਨਹੀਂ ਲੜਦੀਆਂ, ਜਗ੍ਹਾ ਵੇਖ ਕੇ ਲੜਦੀਆਂ। ਤੁਸੀਂ ਦੇਖੋ ਵੀ ਇੱਥੇ ਕਿਹੜੀ ਜਗ੍ਹਾ ਹੈ। ਜਦੋਂ ਲੋਕਾਂ ਦਾ ਨੁਕਸਾਨ ਹੁੰਦਾ ਹੈ, ਲੋਕ ਆਪਦੇ ਨੁਕਸਾਨ ਤੋਂ ਡਰਦੇ ਇੱਥੇ ਅਸੀਂ ਬੈਠੇ ਹਾਂ, ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ। ਪ੍ਰਸ਼ਾਸਨ ਤੇ ਸਾਨੂੰ ਭਰੋਸਾ ਹੈ, ਸਰਕਾਰ ਤੇ ਸਾਨੂੰ ਭਰੋਸਾ ਹੈ। ਉਹਨੇ ਨਿਸ਼ਾਨਦੇਹੀ ਕੀਤੀ ਆ, ਸਹੀ ਕੀਤੀ ਆ, ਉਹਨੂੰ ਅਸੀਂ ਮੰਨਦੇ ਹਾਂ। ਪਰ ਹੁਣ ਸਿਰਫ ਗਰਾਊਂਡ ਲੈਵਲ ਤੇ ਉਸ ਨਿਸ਼ਾਨਦੇਹੀ ਦੀ ਜਿਵੇਂ ਨਿਸ਼ਾਨਦੇਹੀ ਹੋਈ ਅਸੀਂ ਉੱਥੇ ਸੂਆ ਕਰਾਉਣਾ। ਜਿੰਨੀ ਦੇਰ ਤੱਕ ਉੱਥੇ ਸੂਆ ਨਹੀਂ ਬਣਦਾ, ਉਨੀ ਦੇਰ ਤੱਕ ਸੰਘਰਸ਼ ਇਵੇਂ ਹੀ ਚੱਲੂਗਾ। ਜੇ ਸਾਨੂੰ ਇਦੋਂ ਵੀ ਵੱਡਾ ਸੰਘਰਸ਼ ਲੜਨਾ ਪਿਆ, ਲੜਾਂਗੇ। ਪ੍ਰਧਾਨ ਜੀ, ਅੱਜ ਜਿਹੜਾ ਧਰਨਾ ਲਾਇਆ, ਕਾਹਦੇ ਲਈ ਲਾਇਆ, ਇਹਦੇ ਬਾਰੇ ਜਾਣਕਾਰੀ ਦਿਓ। ਮੈਂ ਜੀ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਇਕਾਈ ਬਦਨੀ ਕਲਾ ਦਾ ਮੀਤ ਪ੍ਰਧਾਨ ਕਰਨੈਲ ਸਿੰਘ ਫੌਜੀ। ਸਾਡਾ ਜੀ ਤਕਰੀਬਨ 2 ਮਹੀਨੇ ਤੋਂ ਹੋ ਗਏ ਵੀ ਜਿਹੜੀ ਪ੍ਰਸ਼ਾਸਨ ਤੋਂ ਅਸੀਂ ਮੰਗ ਕਰ ਰਹੇ ਹਾਂ ਵੀ ਜਿਹੜਾ ਸੂਆ ਜਿਹੜਾ ਸਹੀ ਜਗ੍ਹਾ 'ਤੇ ਚੱਲ ਰਿਹਾ ਸੀ ਉਹਨੂੰ ਸਹੀ ਜਗ੍ਹਾ 'ਤੇ ਬਣਾਇਆ ਜਾਵੇ। ਲੇਕਿਨ ਪ੍ਰਸ਼ਾਸਨ ਅੱਜ ਕੱਲ੍ਹ ਸਰਕਾਰ ਦੀ ਨੌਕਰੀ ਨਹੀਂ ਕਰਦਾ, ਪ੍ਰਸ਼ਾਸਨ ਵੀ ਅੱਜ ਕੱਲ੍ਹ ਬਾਬਿਆਂ ਦੀਆਂ ਨੌਕਰੀਆਂ ਕਰਦਾ। ਜੋ ਸਾਨੂੰ 2 ਮਿੰਟ ਦਾ ਸਮਾਂ ਦੇ ਕੇ ਤਾਂ ਮੁੜ ਕੇ ਬਾਬਿਆਂ ਕੋਲ ਜਾ ਵੜਦੇ ਆ, ਅਤੇ ਬਾਬੇ ਉਹਨਾਂ ਨੂੰ ਕੀ ਪੜ੍ਹਾਉਂਦੇ ਆ, ਕੀ ਕਰਾਉਂਦੇ ਆ, ਕੀ ਨਹੀਂ ਕਰਾਉਂਦੇ। ਮੁੜ ਕੇ ਉਹ ਸਾਡੇ ਕੋਲ ਤਾਂ ਮੁੜ ਕੇ ਸਾਨੂੰ ਪੁੱਛਦੇ ਹੀ ਨਹੀਂ ਗੇ ਵੀ ਤੁਹਾਡੇ ਨਾਲ ਕੀ ਹੋਇਆ ਕੀ ਨਹੀਂ ਹੋਇਆ। ਅਸੀਂ ਪਹਿਲਾਂ ਵੀ 1 ਦਿਨ 2 ਘੰਟੇ ਦਾ ਰੋਡ ਜਾਮ ਕਰਿਆ ਅਤੇ ਸਾਰਾ ਪ੍ਰਸ਼ਾਸਨ ਆ ਗਿਆ, ਬੋਲੇ ਵੀ ਤੁਸੀਂ ਰੋਡ ਬਲਾਕ ਨਾ ਕਰੋ, ਵੀ ਅਸੀਂ ਤੁਹਾਡਾ 1 ਹਫ਼ਤੇ ਦਾ ਟਾਈਮ ਦੇ ਦਿਓ, ਅਸੀਂ ਆਹ ਕਰ ਦਿਆਂਗੇ। ਉਹ ਵੇਖ ਲਓ ਵੀ ਹੁਣ ਕਿੰਨਾ ਚਿਰ ਹੋ ਗਿਆ ਵੀ ਜਿਹੜਾ 2 ਘੰਟੇ ਦਾ ਜਾਮ ਸੀ, ਉਦੋਂ ਬਾਅਦ ਸਾਡੇ ਕੋਲ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ। ਅਸੀਂ ਇੱਥੇ ਰੋਜ਼ ਧਰਨਾ ਲਾ ਕੇ ਬੈਠੇ ਹਾਂ ਅਤੇ ਅੱਜ ਅਸੀਂ ਇੱਥੇ ਧਰਨਾ ਦਿੱਤਾ ਤਾਂ ਹੁਣ ਇੱਥੇ ਪ੍ਰਸ਼ਾਸਨ ਪਹੁੰਚਿਆ ਹੋਇਆ। ਉਹ ਹੋ ਸਕਦਾ ਸਾਨੂੰ ਵੀ ਲਿਪਾ ਪੋਚੀ ਉਹ ਲੋਲੀ ਪਾਪ ਦੀਆਂ ਗੋਲੀਆਂ ਦੇ ਦੇਣ ਵੀ ਅਸੀਂ ਆਹ ਕਰਾਂਗੇ, ਅਸੀਂ ਉਹ ਕਰਾਂਗੇ। ਅਸੀਂ ਮਨਜੀਤ ਬਿਲਾਸਪੁਰ ਨੂੰ ਮਿਲੇ, ਉਹਨੇ ਸਾਡੀ ਇੱਕ ਨਹੀਂ ਸੁਣੀ। ਅਸੀਂ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੂੰ ਲੁਧਿਆਣੇ ਜਾ ਕੇ ਮੰਗ ਪੱਤਰ ਦੇ ਕੇ ਆਏ, ਉੱਥੋਂ ਹਜੇ ਸਾਨੂੰ ਕੋਈ ਜਵਾਬ ਨਹੀਂ ਆਇਆ। ਆ ਹੁਣ ਇੱਥੇ ਬਾਬੇ ਬੈਠੇ ਆ, ਇਹ ਬਾਬਿਆਂ ਦੇ ਕੋਲ ਇਹ ਭੱਜ ਕੇ ਜਾਂਦੇ ਆ ਤੇ ਸਾਡੇ ਇੱਥੇ ਪਬਲਿਕ ਦੀ ਸੁਣੀ ਨਹੀਂ ਜਾ ਰਹੀ। ਜਿਹੜਾ ਸੂਆ ਹੈ ਜੀ, ਪਹਿਲਾਂ ਵੀ ਚੱਲਦਾ ਸੀ, ਪਹਿਲਾਂ ਵਾਲੇ 'ਚ ਤੇ ਕੀ ਫਰਕ ਲੱਗਿਆ ਤੁਹਾਨੂੰ, ਗਲਤ ਕੀ ਸੀ ਉਹਦੇ ਵਿੱਚ? ਜਿਹੜਾ ਪਹਿਲਾਂ ਸੀ ਉਹ ਸਹੀ ਸੀ ਜੀ, ਜਿਹੜਾ ਅੰਗਰੇਜ਼ਾਂ ਦੇ ਟਾਈਮ ਦੇ ਸੂਏ ਚੱਲਦੇ ਆ ਉਹ ਲੈਫਟ ਹੈਂਡ ਪਲੜੀ ਸੀਗੀ। ਬਾਬਿਆਂ ਨੇ ਆਪਦੇ ਪ੍ਰਸ਼ਾਸਨਿਕ ਜ਼ੋਰ ਦੇ ਵਿੱਚ ਬਾਦਲਾਂ ਦੇ ਨਾਲ ਮਿਲੀ ਸਾਂਠ-ਗਾਂਠ ਦੇ ਵਿੱਚ ਕਲ ਕੇ ਪਰਲੀ ਸਾਈਡ ਜਿਹੜੇ ਡੰਡੀ ਸੀ ਉਹਨੂੰ ਵੱਡੀ ਰੋਡ ਬਣਾ ਲਿਆ ਅਤੇ ਸੂਏ ਨੂੰ ਸਾਰਾ ਚੱਕ ਕੇ ਇੱਧਰਲੀ ਪਰਲੀ ਕਿਸਾਨਾਂ ਸਾਈਡ ਦੀ ਖਤਮ ਕਰਤੀ ਅਤੇ ਇੱਕ ਡੰਡੀ ਬਣਾਤੀ। ਉਹ ਸਾਡੀ ਮੰਗ ਇਹੀ ਹੈ ਵੀ ਜਿੱਥੇ ਪਹਿਲਾਂ ਸੂਆ ਚੱਲ ਰਿਹਾ ਗੌਰਮੈਂਟ ਦਾ ਬਣਿਆ ਪਿਆ ਕਾਗਜ਼ਾਂ ਦੇ ਮੁਤਾਬਕ ਉਹੀ ਸੂਆ ਚਲਾਇਆ ਜਾਵੇ, ਨਾ ਕਿ ਇੱਧਰ ਕਰਿਆ ਜਾਵੇ ਨਾ ਉੱਧਰ ਕਰਿਆ ਜਾਵੇ। ਸਾਡੀ ਇਹ ਵੀ ਮੰਗ ਨਹੀਂ ਵੀ ਬਾਬੇ ਨਾਲ ਧੱਕਾ ਹੋਵੇ, ਅਸੀਂ ਕਹਿੰਦੇ ਸਾਨੂੰ ਕੋਈ ਧੱਕਾ ਕਰਨ ਦੀ ਜ਼ਰੂਰਤ ਨਹੀਂ। ਜਿੱਥੇ ਸੂਆ ਚੱਲਦਾ ਸੀ ਉੱਥੇ ਸੂਆ ਚਲਾਇਆ ਜਾਵੇ ਅਤੇ ਅਸੀਂ ਬਾਬੇ ਨੂੰ ਵੀ ਚੇਤਾਵਨੀ ਦਿੰਦੇ ਹਾਂ ਵੀ ਤੂੰ ਇੱਕ ਸਾਧੂ ਹੈ, ਸਾਧੂ ਦੇ ਰੂਪ 'ਚ ਰਹਿ, ਵੀ ਤੂੰ ਇਹ ਪੰਗੇ ਨਾ ਲੈ ਲੋਕਾਂ ਨਾਲ, ਲੋਕਾਂ ਦੀ ਇਹ ਤੁਹਾਨੂੰ ਲੱਗਦਾ ਵੀ ਬਾਬੇ ਦੀ ਸਿਆਸੀ ਪਹੁੰਚ ਕਰਕੇ ਤਾਂ ਨਹੀਂ ਹੋ ਰਿਹਾ, ਤੁਹਾਡੀ ਸੁਣਵਾਈ ਨਹੀਂ ਹੁੰਦੀ? ਇਹ ਤਾਂ ਕਲੀਅਰ ਹੈ ਜੀ, ਇਹਦੇ ਵਿੱਚ ਤਾਂ ਕੋਈ ਦੋਹਰਾ ਹੀ ਨਹੀਂ। ਅਸੀਂ ਇਹ ਕਹਿੰਦੇ ਹਾਂ ਵੀ ਇੱਕ ਅਧਿਕਾਰੀ ਨੂੰ ਜੇ ਕੋਈ ਜਥੇਬੰਦੀ ਮਿਲਣ ਜਾਂਦੀ ਆ ਤਾਂ ਉਹਨੂੰ ਟਾਈਮ ਵੀ ਨਹੀਂ ਦਿੱਤਾ ਜਾਂਦਾ ਮਿਲਣ ਦਾ, ਅਤੇ ਲੇਕਿਨ ਅਧਿਕਾਰੀ ਜਾ ਕੇ ਬਾਬੇ ਨੂੰ ਮਿਲਦੇ ਆ, ਕਿਉਂ ਮਿਲਦੇ ਆ ਸਾਨੂੰ ਇਹਦਾ ਤਾਂ ਦੱਸੋ, ਉਹਨੂੰ ਕਿਉਂ ਨਹੀਂ ਬੁਲਾਇਆ ਜਾਂਦਾ? ਇੱਕ ਅਪਰਾਧੀ ਉਹ ਹੈ ਜਿਹਨੇ ਸੂਆ ਤੋੜਿਆ, ਉਹ ਅਪਰਾਧੀ ਨੂੰ ਖੁਦ ਮਿਲਣ ਜਾਂਦੇ ਆ ਤੇ ਉਹਨੂੰ ਖੁਦ ਕਿਉਂ ਨਹੀਂ ਬੁਲਾਉਂਦੇ ਕੋਰਟ ਕਚਹਿਰੀਆਂ 'ਚ ਬੈਠਿਆ ਕੇ ਗੱਲ ਕਰਦੇ? ਕੀ ਹੋਣਾ ਚਾਹੀਦਾ ਫੌਜੀ? ਸਾਡੀ ਮੰਗ ਇਹੀ ਹੈ ਵੀ ਸਾਡਾ ਸੂਆ ਸਹੀ ਜਗ੍ਹਾ 'ਤੇ ਬਣੇ ਅਤੇ ਨਹੀਂ ਤਾਂ ਸਾਡਾ ਮਤਲਬ ਇਹ ਸੰਘਰਸ਼ ਹੈ ਕੋਈ ਹੋਰ ਰੂਪ ਨਾ ਧਾਰੇ। ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ, ਲਗਾਤਾਰ ਸ਼ਾਂਤੀ ਬਣੀ ਹੋਈ ਹੈ ਵੀ ਸਾਡੀ ਤੁਸੀਂ ਮੰਗ ਨੂੰ ਮੰਨ ਲਓ, ਅਸੀਂ ਕੋਈ ਆਪਦੇ ਵੱਲੋਂ ਨਹੀਂ ਕਹਿੰਦੇ। ਜਿਹੜਾ ਪਹਿਲਾਂ ਕਾਗਜ਼ਾਂ ਦੇ ਵਿੱਚ ਸੂਆ ਚੱਲਦਾ ਸੀ ਇਹਨੂੰ ਉੱਥੇ ਹੀ ਚਲਾਇਆ ਜਾਵੇ, ਨਾ ਕਿ ਨਾ ਇੱਧਰ ਕਰਿਆ ਜਾਵੇ ਨਾ ਉੱਧਰ ਕਰਿਆ ਜਾਵੇ। ਹਾਂਜੀ ਵੀਰ ਜੀ, ਕੀ ਨਾਂ ਹੈ ਅਤੇ ਅੱਜ ਜਿਹੜਾ ਧਰਨਾ ਲਾਇਆ ਕਾਹਤੋਂ ਲਾਇਆ? ਜੀ ਮੇਰਾ ਨਾਂ ਹੈਗਾ ਮਨਦੀਪ ਸਿੰਘ ਮੋਨਾ, ਬਦਨੀ ਕਲਾਂ ਤੋਂ ਜੀ। ਮੈਂ ਬਦਨੀ ਇਕਾਈ ਦਾ ਜਨਰਲ ਸਕੱਤਰ ਹਾਂ ਜੀ। ਜੋ ਆਪਣਾ ਇਹ ਮਸਲਾ ਚੱਲ ਰਿਹਾ ਕਈ ਦਿਨਾਂ ਤੋਂ, ਜੋ ਇਸ ਮਸਲੇ ਨਾਲ ਪ੍ਰਭਾਵਿਤ ਹੋ ਰਹੇ ਆ ਕਿਸਾਨ, ਉਹ ਸਾਡੇ ਕੋਲ
ਸਾਡੀ ਇਕਾਈ ਕੋਲੇ ਆਏ ਸੀਗੇ ਬਈ ਇਹ ਜੋ ਬਾਬਾ ਇਹ ਬਦਨੀ ਕਲਾਂ ਦਾ ਉਹ ਸਾਡਾ ਜੋ ਖੱਬੇ ਪਾਸੇ ਵਾਲਾ ਰਾਸਤਾ ਵਾ ਉਹਨੂੰ ਲਗਭਗ ਖਤਮ ਕਰਨ ਜਾ ਰਿਹਾ ਵਾ ਤੇ ਆਪਣੇ ਫਾਇਦੇ ਲਈ ਸੱਜੇ ਪਾਸੇ ਜੋ ਕਿ ਕਾਗਜ਼ਾਂ 'ਚ ਇੱਧਰ ਰਾਸਤਾ ਹੈ ਨਹੀਂ ਗਾ ਉਹਨੂੰ ਸੜਕ ਬਣਾ ਰਿਹਾ ਵਾ ਤੇ ਕੱਲ੍ਹ ਨੂੰ ਜੇ ਅਗਰ ਇੱਥੇ ਸੂਆ ਟੁੱਟਦਾ ਤੇ ਸਾਡੇ ਇਹ ਫਸਲ ਦੀ ਤਬਾਹੀ ਹੋ ਸਕਦੀ ਆ ਇਹ ਸਾਡੇ ਕੋਲੇ ਆਪਦਾ ਮਸਲਾ ਲੈ ਕੇ ਆਏ ਸੀਗੇ ਅਸੀਂ ਬਕਾਇਦਾ ਮੀਟਿੰਗ ਰੱਖੀ ਉਹਦੇ 'ਚ ਵਿਚਾਰਿਆ ਗਿਆ ਬਈ ਜੋ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਬਈ ਸਾਡੀ ਇਕਾਈ ਇਹਨਾਂ ਦਾ ਸਾਥ ਦੇਵੇਗੀ ਇਹਨਾਂ ਦੇ ਹੱਕੀ ਮੰਗਾਂ ਇਹ ਮਨਵਾਉਣ ਲਈ ਸਾਥ ਦੇਵੇਗੀ ਤੇ ਉਸ ਵਿਸ਼ੇ 'ਚ ਅਸੀਂ ਲਗਭਗ 2 ਮਹੀਨਿਆਂ ਤੋਂ ਵੱਧ ਸਮਾਂ ਬੀਤ ਜਾਣ ਨਾਲ ਅਸੀਂ ਬੈਠੇ ਹਾਂ ਪਰ ਪ੍ਰਸ਼ਾਸਨ ਨੂੰ ਜਿੰਨੇ ਵੀ ਆ ਖੇਤੀਬਾੜੀ ਮੰਤਰੀ ਆ ਜੋ ਕੁਲਦੀਪ ਸਿੰਘ ਧਾਲੀਵਾਲ ਉਸ ਨੂੰ ਵੀ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ ਡੀਸੀ ਨੂੰ ਮੰਗ ਪੱਤਰ ਦੇ ਚੁੱਕੇ ਹਾਂ ਤੇ ਜੋ ਬਕੈ ਆਪਣਾ ਮੌਜੂਦਾ ਵਿਧਾਇਕ ਆ ਮਨਜੀਤ ਸਿੰਘ ਬਿਲਾਸਪੁਰ ਉਸ ਨੂੰ ਵੀ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ ਯਾਨੀ ਪ੍ਰਸ਼ਾਸਨ ਤੱਕ ਵੀ ਪਹੁੰਚ ਕੀਤੀ ਆ ਸੱਤਾ ਇਸ ਸਰਕਾਰ ਤੱਕ ਵੀ ਪਹੁੰਚ ਕੀਤੀ ਆ ਪਰ ਅੱਜ ਤੱਕ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਕਿਉਂਕਿ ਹੁਣ ਜੇ ਆਪਾਂ ਵੇਖੀਏ ਝੋਨੇ ਦੀ ਲਵਾਈ ਦਾ ਸੀਜ਼ਨ ਆ ਰਿਹਾ ਵਾ ਸਾਰਿਆਂ ਨੂੰ ਪਾਣੀ ਦੀ ਲੋੜ ਹੈ ਨਹਿਰੀ ਪਾਣੀ ਦੀ ਪਰ ਇਹ ਤੇ ਗੰਭੀਰਤਾ ਨਾਲ ਇਹ ਮਸਲਾ ਸੁਲਝਾਉਣ ਦੀ ਥਾਂ ਤੇ ਇਹਨੂੰ ਲਮਕਾਇਆ ਜਾ ਰਿਹਾ ਪਹਿਲਾਂ ਤੁਸੀਂ ਕਹਿੰਦੇ ਹੁੰਦੇ ਸੀ ਜਿਹੜਾ ਬਾਬਾ ਇਹ ਬਾਦਲਾਂ ਦਾ ਬੰਦਾ ਹੈ ਹੁਣ ਭਗਵੰਤ ਮਾਨ ਦੀ ਸਰਕਾਰ ਹੈ ਕੀ ਹੁਣ ਭਗਵੰਤ ਮਾਨ ਦਾ ਜੋ ਥੋੜੀ ਨਹੀਂ ਸੁਣਵਾਈ ਹੁੰਦੀ ਇਹ ਕਹਿਣ ਦਾ ਮੇਰਾ ਮਤਲਬ ਹੈ ਜੋ ਇਹ ਬਾਬੇ ਹੁੰਦੇ ਆ ਨਾ ਇਹ ਕਿਸੇ ਇੱਕ ਪਾਰਟੀ ਦੇ ਨਹੀਂ ਹੁੰਦੇ ਇਹ ਆਪਦੇ ਨਿੱਜੀ ਫਾਇਦੇ ਲਈ ਹਰੇਕ ਪਾਰਟੀ ਦਾ ਸਾਥ ਦਿੰਦੇ ਆ ਟਾਈਮ ਸਿਰ ਇਹ ਜੋ ਬਾਬਾ ਇਹ ਸਾਡੇ ਬਦਨੀ ਕਲਾਂ ਦਾ ਇਹਦੇ ਟਾਈਮ ਟਾਈਮ ਸਿਰ ਤੇ ਨਾ ਇਹਦੇ ਤੇ ਇਹਦਾ ਵਾਦਾਂ ਤੇ ਵਿਵਾਦਾਂ ਨਾਲ ਨਾਤਾ ਰਿਹਾ ਪੁਰਾਣਾ ਇਹਦਾ ਕਿਉਂਕਿ ਇਹਦੇ ਪਹਿਲਾਂ ਵੀ ਇਲਜ਼ਾਮ ਲੱਗਦੇ ਰਹੇ ਆ ਕਿ ਬਈ ਇਹਨੇ ਸਰਕਾਰੀ ਜ਼ਮੀਨਾਂ ਤੇ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਕੀਤੇ ਆ ਕਿਉਂਕਿ ਸਾਡੇ ਇੱਥੇ ਬਦਨੀ ਕਲਾਂ 'ਚ ਪਹਿਲਾਂ ਕੋਈ ਜੱਥੇਬੰਦ ਨਹੀਂ ਹੋਏ ਸੀਗੇ ਲੋਕ ਜਨਤਕ ਸੰਘਰਸ਼ਾਂ ਦਾ ਝੰਡਾ ਲੈ ਕੇ ਨਹੀਂ ਤੁਰੇ ਸੀਗੇ ਇਸ ਕਰਕੇ ਉਦੋਂ ਬੋਲੇ ਨਹੀਂ ਸੀਗੇ ਕਿਉਂਕਿ ਆਪਾਂ ਦੇਖਦੇ ਹਾਂ ਦੋ ਤਰ੍ਹਾਂ ਦੇ ਲੋਕ ਆ ਇੱਕ ਤਾਂ ਬਾਬੇ ਦੀ ਧੱਕਾਸ਼ਾਹੀ ਨੂੰ ਵੇਖ ਕੇ ਘਰੇ ਬਹਿ ਜਾਂਦੇ ਆ ਬਈ ਬਾਬੇ ਦੀ ਪਹੁੰਚ ਆ ਸਰਕਾਰੇ ਦਰਬਾਰੇ ਬਾਬੇ ਦੀ ਸੁਣੀ ਜਾਂਦੀ ਆ ਆਪਾਂ ਇਹਦਾ ਟਾਕਰਾ ਨਹੀਂ ਕਰ ਸਕਦੇ ਹੁਣ ਜਦੋਂ ਜੱਥੇਬੰਦ ਹੋਏ ਆ ਲੋਕ ਉਹ ਜਾਗਰੂਕ ਹੋਏ ਆ ਆਪਣੇ ਜੋ ਅਧਿਕਾਰਾਂ ਬਾਰੇ ਸੁਚੇਤ ਹੋਏ ਆ ਉਹਦਾ ਕਰਕੇ ਉਹਦਾ ਨਤੀਜਾ ਅੱਜ ਅਸੀਂ ਸੜਕਾਂ ਤੇ ਆ ਅਸੀਂ ਲੱਗਦਾ ਨਹੀਂ ਜਿਹੜਾ ਤੁਸੀਂ ਰੋਡ ਜਾਮ ਕੀਤਾ ਲੋਕਾਂ ਨੂੰ ਬੜੀਆਂ ਦਿੱਕਤਾਂ ਆਉਂਦੀਆਂ ਉਹ ਸੜਕ ਟੁੱਟੀ ਆ ਉਹਦੇ ਤੋਂ ਦੀ ਲੰਘ ਰਹੇ ਆ ਹਾਦਸਾ ਹੋ ਸਕਦਾ ਲੋਕਾਂ ਨੂੰ ਬੜੀ ਸਮੱਸਿਆ ਆਉਂਦੀ ਇਹਦੀ ਨਹੀਂ ਇਹ ਅਸੀਂ ਵੀ ਵਿਚਾਰਿਆ ਸੀਗਾ ਕਿਉਂਕਿ ਲਗਭਗ ਹੁਣ ਜਦੋਂ 2 ਮਹੀਨੇ ਹੋ ਗਏ ਸਾਨੂੰ ਇੱਥੇ ਬੈਠਿਆਂ ਨੂੰ ਸਾਡੀ ਨਹੀਂ ਸੁਣੀ ਜਾ ਰਹੀ ਸਾਨੂੰ ਮਜਬੂਰਨ ਇਹ ਰੋਡ ਬਲੌਕ ਕਰਨਾ ਪਿਆ ਵਾ ਕੋਈ ਸਾਡੀ ਦਿਲੀ ਹਿੱਸਾ ਨਹੀਂ ਗਾ ਅਸੀਂ ਵੀ ਚਾਹੁੰਦੇ ਹਾਂ ਕੋਈ ਸਾਡੇ ਕਰਕੇ ਕਿਸੇ ਰਾਹਗੀਰ ਨੂੰ ਪਰੇਸ਼ਾਨੀ ਨਾ ਆਵੇ ਅੱਜ ਮਜਬੂਰਨ ਰੋਕਣਾ ਪੈ ਗਿਆ ਸਾਨੂੰ ਜੇ ਇਹ ਚਾਹਵੇ ਪ੍ਰਸ਼ਾਸਨ ਤੇ ਸਰਕਾਰ ਚਾਹੁੰਦੀ ਤੇ ਅੱਜ ਇਸ ਰੋਡ ਜਾਮ ਨੂੰ ਟਾਲਿਆ ਜਾ ਸਕਦਾ ਸੀ ਚੱਲਦਾ ਸੀ ਉਹ ਕਦੇ ਟੁੱਟਿਆ ਸੀ ਕੋਈ ਦਿੱਕਤ ਆਉਂਦੀ ਸੀ ਉਹ ਰੌਲਾ ਪਾਉਣਾ ਇਦਾਂ ਜੀ ਜਿਵੇਂ ਆਪਾਂ ਤੁਹਾਨੂੰ ਪਤਾ ਹੀ ਆ ਇੱਥੇ ਬੀਬਾ ਹਰਸਿਮਰਤ ਕੌਰ ਬਾਦਲ ਇੱਥੇ ਉਹਨਾਂ ਦਾ ਆਉਣਾ ਜਾਣਾ ਅੱਜ ਤੋਂ ਲਗਭਗ 12 ਸਾਲ ਪਹਿਲਾਂ ਉਹਨਾਂ ਨੇ ਨਾ ਉਹਨਾਂ ਦੀ ਸਿਆਸੀ ਦਬਾਅ ਕਰਕੇ ਇੱਕ ਗੈਰ ਕਾਨੂੰਨੀ ਢੰਗ ਨਾਲ ਇਹਨੂੰ ਮਨਜ਼ੂਰੀ ਦਿੱਤੀ ਸੀ ਕਿ ਨਹੀਂ ਦਿੱਤੀ ਸੀਗੀ ਇਹ ਸੂਆ ਪੱਕੇ ਕਰਨ ਲਈ ਇਹਨਾਂ ਨੇ ਮਨਜ਼ੂਰੀ ਲਈ ਸੀਗੀ ਉਹ ਨਾ ਤਾਂ ਇਹਨਾਂ ਨੇ ਕੋਈ ਲੇਵਲ ਕੀਤਾ ਜਦੋਂ ਇਹਨਾਂ ਨੇ ਉਹ ਪੱਕਾ ਕੀਤਾ ਤਾਂ ਅੱਗੇ ਤਾਂ ਪਾਣੀ ਪਹੁੰਚਿਆ ਹੀ ਨਹੀਂਗਾ ਉਹ ਪਾਣੀ ਸਾਡੇ ਮਗਲੇ ਖੇਤਾਂ 'ਚ ਹੀ ਟੁੱਟਦਾ ਰਿਹਾ ਹੈਗਾ ਕਿਉਂਕਿ ਇਹ ਉੱਚਾ ਬਣਾਤਾ ਉਹ ਨੀਵੇਂ ਸੀਗੇ ਉਹ ਮਗਰੀ ਪਾਣੀ ਟੁੱਟਦਾ ਰਿਹਾ ਅਤੇ ਉਹ ਅਗਲੇ ਖੇਤਾਂ ਤੱਕ ਪਾਣੀ ਪਹੁੰਚਿਆ ਨਹੀਂ ਸੀਗਾ ਇਹ ਮੇਨ ਆ ਬਈ ਅਸੀਂ ਹੁਣ ਜਦੋਂ ਸਰਕਾਰ ਨੇ ਚੱਲ ਇਸ ਪਾਸੇ ਆਪਾਂ ਕਹਿੰਦੇ ਹਾਂ ਕਿਸਾਨਾਂ ਦੀ ਸੁਵਿਧਾ ਲਈ ਇਹ ਕੰਕਰੀਟ ਦਾ ਸੂਆ ਬਣਾ ਰਹੇ ਆ ਅਸੀਂ ਵੀ ਇਹਦੇ ਹੱਕ 'ਚ ਬਣਨਾ ਚਾਹੀਦਾ ਵਾ ਕਿਉਂਕਿ ਜੋ ਕਿ ਆਪਣਾ ਇਹ ਜ਼ਮੀਨੀ ਪਾਣੀ ਦਾ ਪੱਧਰ ਤਾਂ ਬਹੁਤ ਦਿਨੋਂ ਦਿਨ ਨੀਵਾਂ ਜਾ ਰਿਹਾ ਵਾ ਅਤੇ ਇਹ ਜੇ ਅੱਜ ਇੱਥੇ ਕਾਲ ਨੂੰ ਰੋਕਣਾ ਵਾ ਰਾਜਸਥਾਨ ਬੰਨ ਤੋਂ ਰੋਕਣਾ ਪੰਜਾਬ ਨੂੰ ਤਾਂ ਨਹਿਰੀ ਪਾਣੀ ਦਾ ਹੀ ਇੱਕ ਸਾਥ ਆਪਾਂ ਨੂੰ ਇਹਦਾ ਕਰਕੇ ਆਪਾਂ ਆਪਣੇ ਪੰਜਾਬ ਨੂੰ ਨਹੀਂ ਸੁਣਵਾਈ ਹੁੰਦੀ ਫਿਰ ਅਗਲਾ ਐਕਸ਼ਨ ਕੀ ਹੋ ਅਸੀਂ ਅੱਜ ਜਿਵੇਂ ਕਿ ਆਪਣੇ ਸਾਡੀ ਨਾ ਜਥੇਬੰਦੀ ਦਾ ਵਿਧਾਨ ਆ ਪਹਿਲਾਂ ਨਾ ਕੋਈ ਵੀ ਮਸਲਾ ਆਉਂਦਾ ਵਾ ਉਹਨੂੰ ਮੀਟਿੰਗ ਕਰਕੇ ਪਿੰਡ ਇਕਾਈ ਆ ਉਹ ਵਿਚਾਰਦੀ ਆ ਜਿੱਥੋਂ ਤੱਕ ਉਹਦੀ ਤਾਕਤ ਹੁੰਦੀ ਆ ਉਹ ਲੜਦੀ ਆ ਉਦੋਂ ਬਾਅਦ ਉਹ ਇਹ ਬਲਾਕ ਕੋਲੇ ਜਾ ਵੜਦੇ ਆ ਬਲਾਕ ਤੱਕ ਪਹੁੰਚ ਕਰਦੇ ਆ ਹੁਣ ਤੱਕ ਬਲਾਕ ਨੇ ਲੜਿਆ ਇਹ ਸਾਰਾ ਕੁਝ ਜਿੱਥੋਂ ਤੱਕ ਉਹਨਾਂ ਦੀ ਤਾਕਤ ਸੀ ਉਹਨਾਂ ਨੇ ਝੋਕਤੀ ਇਸ 'ਚ ਹੁਣ ਇਸ ਤੋਂ ਬਾਅਦ ਸਾਡੇ ਕੋਲ ਰਾਹ ਰਹਿ ਗਿਆ ਇੱਕ ਜ਼ਿਲ੍ਹੇ ਦਾ ਅਗਰ ਜ਼ਿਲ੍ਹੇ ਤੋਂ ਵੀ ਨਹੀਂ ਹੱਲ ਹੁੰਦਾ ਫਿਰ ਇਹ ਸੂਬੇ ਇਹ ਕਮੇਟੀ ਤੱਕ ਪਹੁੰਚ ਕਰਾਂਗੇ ਸਾਡਾ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵਾਂ ਜੀ ਸਾਡਾ ਜੋ ਇਹ ਹੈਗੀ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਂ ਇਹਦਾ ਕੈਡਰ 10 ਲੱਖ ਦਾ ਵਾ ਅੱਜ ਤੱਕ ਉੱਥੋਂ ਤੱਕ ਕੋਈ ਮਸਲਾ ਪਹੁੰਚਿਆ ਨਹੀਂ ਪਹਿਲਾਂ ਹੀ ਹੱਲ ਹੋ ਜਾਂਦਾ ਵਾ ਅੱਜ ਸਰਕਾਰ ਨੂੰ ਇਹ ਮੰਚ ਤੋਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਬਈ ਅੱਜ ਇਹ ਸਾਡਾ ਮਸਲਾ ਸੁਲਝਾਇਆ ਜਾਵੇ ਗੰਭੀਰਤਾ ਨਾਲ ਅਤੇ ਨਹੀਂ ਅਸੀਂ ਨਾ ਸੰਘਰਸ਼ ਹੋਰ ਵੀ ਤਿੱਖਾ ਵਿੱਢਾਂਗੇ
ਇਹਦਾ ਇਹਦੀ ਜ਼ਿੰਮੇਦਾਰ ਸਰਕਾਰ ਅਤੇ ਪ੍ਰਸ਼ਾਸਨ ਹੋਵੇਗਾ। ਅਤੇ ਜੋ ਅਸੀਂ ਕਹਿੰਦੇ ਹਾਂ ਨਾ, ਇਹ ਗੱਲਬਾਤ 'ਚ ਯਕੀਨ ਰੱਖਦੇ ਹਾਂ, ਟੇਬਲ ਟਾਕ 'ਚ ਯਕੀਨ ਰੱਖਦੇ ਹਾਂ। ਅਸੀਂ ਪਹਿਲਾਂ ਤਾਂ ਸਾਡੀ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਸੀ, ਹੁਣ ਕਈ ਦਿਨਾਂ ਤੋਂ ਉਹ ਗੱਲਬਾਤ ਬੰਦ ਹੋ ਗਈ। ਅਤੇ ਕੱਲ੍ਹ ਆਏ ਸੀਗੇ ਪ੍ਰਸ਼ਾਸਨ, ਇਹ ਆਪਣੇ ਤਹਿਸੀਲਦਾਰ ਆਏ ਸੀ, ਨੈਬ ਤਹਿਸੀਲਦਾਰ ਆਏ ਸੀਗੇ, ਡੈਪਟੀ ਆਏ ਸੀਗੇ, SDO ਆਏ ਸੀਗੇ, ਨਹਿਰੀ ਵਿਭਾਗ ਦੇ ਮੁੱਖ ਅਧਿਕਾਰੀ ਆਏ ਸੀਗੇ, ਪਰ ਕੱਲ੍ਹ ਵੀ ਗੱਲ ਸਿਰੇ ਨਹੀਂ ਚੜ੍ਹੀ। ਜੋ ਅਸੀਂ ਇਹਨਾਂ ਨੂੰ ਆਪਦਾ ਪ੍ਰਸਤਾਵ ਦੇ ਚੁੱਕੇ ਹਾਂ, ਜੋ ਸਾਡੀ ਹੱਕੀ ਮੰਗ ਆ, ਪਰ ਉਹਦੇ 'ਤੇ ਇਹ ਖਰੇ ਉੱਤਰ ਨਹੀਂ ਰਹੇ। ਉਹਨੂੰ ਜੇ ਇਸੇ ਤਰ੍ਹਾਂ ਹੀ ਤੁਸੀਂ ਕੰਮ ਰੋਕੀ ਰੱਖਿਆ, ਗਾਹਲੇ ਪਿੰਡ ਆ, ਉਹਨਾਂ ਨੂੰ ਪਾਣੀ ਦੀ ਲੋੜ ਆ, ਅਤੇ ਤੁਹਾਡਾ ਟਕਰਾਅ ਹੋ ਸਕਦਾ ਪਿੰਡਾਂ ਦੇ ਕਿਸਾਨਾਂ ਨਾਲ? ਟਕਰਾਅ ਵੈਸੇ ਪਹਿਲਾਂ ਤਾਂ ਬਾਬੇ ਵੱਲੋਂ ਹੀ ਥੋੜ੍ਹਾ ਜਿਹਾ ਨਾ ਅਫਵਾਹ ਫੈਲਾਈ ਗਈ ਸੀਗੀ, ਬਾਈ ਜੋ ਬਦਨੀ ਕਲਾਂ ਲਏ ਆ ਇਹ ਸੂਆ ਬੰਨ ਨਹੀਂ ਦੇ ਰਹੇ, ਬਾਈ ਜੋ ਆਪਣਾ ਪਾਣੀ ਰੋਕ ਰਹੇ ਆ। ਪਰ ਉਹਨਾਂ ਨੂੰ ਸਮਝਾਇਆ ਅਸੀਂ, ਉਹਨਾਂ ਨੇ ਕਿਹਾ ਅਸੀਂ ਵੀ ਤੁਹਾਡੇ ਕਿਸਾਨ ਭਰਾ ਵਾਂ, ਅਸੀਂ ਵੀ ਇਹ ਤੋਂ ਪੀੜਤ ਹਾਂ, ਇਹ ਸਾਨੂੰ ਤੁਹਾਡਾ ਸਾਥ ਚਾਹੀਦਾ ਇਹ ਮਸਲੇ ਨੂੰ ਸੁਲਝਾਉਣ ਲਈ। ਹੁਣ ਉਹ ਸਾਡੇ ਨਾਲ ਆ ਅਗਲੇ ਪਿੰਡ, ਪਰ ਇਹ ਜੋ ਬਾਬਾ ਵਾ ਬਦਨੀ ਕਲਾਂ ਵਾਲਾ, ਇਹਦੇ ਕੁਝ ਕੁ ਫੋਲੋਵਰ ਆ ਜਿਹੜੇ, ਉਹਨਾਂ ਦੇ ਥਰੂ ਇਹ ਭੜਕਾ ਕੇ ਉਹਨਾਂ ਨੂੰ ਸਾਡਾ ਇਹ ਵਿਰੋਧ ਕਰ ਰਿਹਾ ਸੀਗਾ, ਪਰ ਉਹ ਸਮਝ ਚੁੱਕੇ ਆ ਕਿਸਾਨ। ਪਰ ਅਸੀਂ ਅੱਜ ਇਹ ਰੋਡ ਜਾਮ ਕੀਤਾ ਵਾ, ਉਦੋਂ ਨਾਰੇ ਲੱਗੇ ਸੀ ਕਹਿੰਦੇ ਵਿਕ ਗਈ, ਇਹ ਬਕਾਊ ਆ, ਇਹ ਹਰ ਇੱਕ ਗੱਲ 'ਤੇ ਧਰਨਾ ਲਾ ਲੈਂਦੇ ਆ, ਉਹ ਕਿਵੇਂ ਹੁਣ ਹੋ ਗਿਆ ਸੈੱਟ? ਉਹ ਪਹਿਲਾਂ ਤਾਂ ਹੀ ਕੁਝ ਕੁ ਸੀਗਾ ਜੀ, ਪਹਿਲਾਂ ਤਾਂ ਮੈਂ ਵੀ ਜਥੇਬੰਦੀ ਨਾਲ ਜੁੜਿਆ ਨਹੀਂ ਸੀਗਾ, ਮੈਂ ਵੀ ਅਫਵਾਹਾਂ 'ਤੇ ਯਕੀਨ ਕਰਦਾ ਸੀਗਾ, ਬਈ ਇਹ ਜਥੇਬੰਦੀਆਂ ਵਿਕ ਜਾਂਦੀਆਂ ਵਾਂ। ਪਰ ਜਦੋਂ ਕਹਿੰਦੇ ਹੁੰਦੇ ਰਾਹ ਪਏ ਤੋਂ ਵਾਹ ਪਏ ਤੋਂ ਪਤਾ ਲੱਗਦਾ, ਜੋ ਸਾਡੀ ਇਹ ਹੈਗੀ ਆ ਜੂਨੀਅਰ ਅਗਰਾਹਾਂ, ਪਰ ਇਹਦਾ ਸਾਡੇ ਜੋ ਆਪਣੀ ਅਗਵਾਈ ਹੇਠ ਆ ਆਪਣੇ ਇਹ ਜੋਗਿੰਦਰ ਸਿੰਘ ਅਗਰਾਹਾਂ ਦੇ, ਉਹ ਇੱਕ ਇਮਾਨਦਾਰ ਆਦਮੀ ਆ, ਉਹਦੇ 'ਤੇ ਹੀ ਯਕੀਨ ਕਰਦੇ ਹਾਂ, ਕਿਉਂਕਿ ਇਹ ਇੱਕ ਇਮਾਨਦਾਰ ਜੂਨੀਅਰ ਆ। ਇਸ ਕਰਕੇ ਇਹ ਜਾਂ ਕੁਛ ਨਹੀਂ ਮੈਨੂੰ ਦੇਖਣ ਨੂੰ ਮਿਲਿਆ ਗਾ, ਮੈਨੂੰ ਮੈਂ ਇਸ ਜੂਨੀਅਰ ਨਾਲ ਆਪਣੇ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਉਦੋਂ ਪ੍ਰਭਾਵਿਤ ਹੋ ਕੇ ਇਸ ਜੂਨੀਅਰ ਨਾਲ ਜੁੜਿਆ ਸੀ, ਪਰ ਮੈਨੂੰ ਕੋਈ ਇਹ ਜਾਂ ਵਿਕਣ ਵਾਲਾ ਕੋਈ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ। ਤਾਂ ਇਹ ਮਾਮਲਾ ਜਿਹੜਾ ਅੱਜ ਦਾ ਨਹੀਂ ਹੈ, ਬੀਤੇ 2 ਮਹੀਨਿਆਂ ਤੋਂ ਚੱਲ ਰਿਹਾ, ਅੱਗੇ ਕਿੰਨਾ ਚਿਰ ਚੱਲੇਗਾ ਇਹ ਅਜੇ ਵੇਖਣਾ ਹੋਏਗਾ। ਇਸ ਮਾਮਲੇ 'ਤੇ ਸਾਡੀ ਨਜ਼ਰ ਬਣੀ ਰਹੇਗੀ, ਤੁਸੀਂ ਬਣੇ ਰਹੋ TV ਪੰਜਾਬ ਦੇ ਨਾਲ।